ਕਿਸੇ ਵਿਅਕਤੀ ਨੇ ਦਿੱਲੀ ਤੋਂ ਵਿਧਾਇਕ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਸਿਰਸਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਕਾਫੀ ਝਾੜ ਪਾਈ ਹੈ। ਪੱਤਰ ਵਿੱਚ ਲਿਖਿਆ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਿੱਚ ਕੋਈ ਫਰਕ ਨਹੀਂ ਹੈ, ਉਹ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਨੇ। ਤੁਸੀਂ ਖੁਦ ਹੀ ਸੁਣ ਲਓ ਹੋਰ ਕੀ ਲਿਖਿਆ ਗਿਆ ਇਸ ਪੱਤਰ ਵਿੱਚ। ਸਤਿਕਾਰਯੋਗ ਮਨਜਿੰਦਰ ਸਿੰਘ ਸਿਰਸਾ, MLA ਦਿੱਲੀ, ਤੁਸੀਂ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਦੀਆਂ ਤਸਵੀਰਾਂ ਨੂੰ ਟਵੀਟ ਕਰ ਰਹੇ ਹੋ ਅਤੇ ਉਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਮਖੌਲ ਉਡਾ ਰਹੇ ਹੋ, ਜਿਨ੍ਹਾਂ ਤਸਵੀਰਾਂ ਨੂੰ ਕਰਤਾਰਪੁਰ ਸਾਹਿਬ ਦੇ ਗਲਿਆਰੇ ਦੌਰਾਨ ਕਲਿੱਕ ਕੀਤਾ ਗਿਆ ਸੀ, ਜਦੋਂ ਕਿ ਤੁਸੀਂ ਪੂਰੀ ਤਰ੍ਹਾਂ ਜਾਣਦੇ ਹੋ ਕਿ ਖਾਲਿਸਤਾਨ ਇਨਸਾਫ਼ ਲਈ ਇੱਕ CRVI ਹੈ ਅਤੇ ਇੱਕ ਕਮਿਊਨਿਟੀ ਦੇ ਸ਼ੋਸ਼ਣ ਦੇ ਸੰਕੇਤ ਦੇ ਰੂਪ ਜੋ ਦਿੱਲੀ ਦੇ ਅਦਾਲਤਾਂ ਵਿੱਚ ਨਿਆਂ ਲਈ ਸੰਘਰਸ਼ ਕਰ ਰਿਹਾ ਅਤੇ ਤੁਸੀਂ ਗੈਰ ਰਜਿਸਟਰਡ SFJ ਨੂੰ ਉਤਸ਼ਾਹਿਤ ਕਰ ਰਹੇ ਹੋ। ਸਿੱਖਸ ਫਾਰ ਜਸਟਿਸ ਇੱਕ ਧੋਖਾਧੜੀ ਵਾਲੀ ਸੰਸਥਾ ਹੈ। SFJ ਕਿਤੇ ਵੀ ਰਜਿਸਟਰ ਨਹੀਂ ਹੈ, SFJ ਦਾ ਕੋਈ ਮੈਂਬਰ ਨਹੀਂ ਹੈ, ਸਿਰਫ ਗੁਰਪਤਵੰਤ ਸਿੰਘ ਪੰਨੂ ਅਤੇ ਉਸਦਾ ਈਮੇਲ ਪਤਾ ਹੈ। ਮੈਂ SFJ ਨੂੰ ਫਾਲੋ ਵੀ ਕਰ ਰਿਹਾ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਉਸਦੇ ਦਿੱਲੀ ਵਿੱਚ ਕਿੰਨੇ ਵਕੀਲ ਹਨ, ਸੁਧੀਰ ਅਰੋੜਾ ਕੌਣ ਹੈ ਜੋ ਉਸਦੇ ਦਫ਼ਤਰ ਦਾ ਪ੍ਰਬੰਧਨ ਕਰਦਾ ਹੈ। ਗੁਰਪਤਵੰਤ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਉਹ ਸਿਗਰਟ ਪੀਂਦਾ ਅਤੇ ਆਪਣੇ ਵਾਲ ਕੱਟਦਾ ਤਾਂ ਉਹ ਕਿਸ ਤਰ੍ਹਾਂ ਦੇ ਖਾਲਿਸਤਾਨ ਦਾ ਪ੍ਰਚਾਰ ਕਰ ਰਿਹਾ। ਗੁਰਪਤਵੰਤ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਉਸਦੇ ਸਵੈ ਤਰੱਕੀ ਦੇ ਏਜੰਡੇ ਵਿੱਚ ਕਿੰਨੇ ਮੁੰਡਿਆਂ ਨੇ ਵਿਸ਼ਵਾਸ ਕੀਤਾ ਅਤੇ ਕਿੰਨੇ ਜੇਲ੍ਹਾਂ ਵਿੱਚ ਸੜ ਰਹੇ ਹਨ। ਮਨਜਿੰਦਰ, ਤੁਸੀਂ ਆਪਣੇ ਸ਼ਰਾਬ ਦੀਆਂ ਦੁਕਾਨਾਂ ਵਿੱਚ ਸ਼ਰਾਬ ਵੇਚ ਰਹੇ ਹੋ, SFJ ਈਮੇਲ ਜ਼ਰੀਏ ਝੂਠ ਵੇਚ ਰਹੇ ਹੋ, SFJ ਕਿਤੇ ਵੀ ਰਜਿਸਟਰ ਨਹੀਂ ਹੋਇਆ ਹੈ, SFJ ਦਾ AGM ਆਖਰੀ ਵਾਰ ਕਦੋਂ ਆਯੋਜਿਤ ਹੋਇਆ, SFJ ਦੇ ਮੈਂਬਰ ਕੌਣ ਕੌਣ ਹਨ, SFJ ਦਾ ਸੰਵਿਧਾਨ ਕਿੱਥੇ ਹੈ ਅਤੇ ਇਹ ਕਿੱਥੇ ਰਜਿਸਟਰ ਹੈ। ਸੰਖੇਪ ਰੂਪ ਵਿੱਚ ਮਨਜਿੰਦਰ ਸਿਰਸਾ ਅਤੇ ਗੁਰਪਤਵੰਤ ਵਰਗੇ ਲੋਕ ਇੱਕੋ ਸਿੱਕੇ ਦੇ ਹੀ ਇੱਕ ਪਾਸੇ ਹਨ, ਦੋਵੇਂ ਕੁਝ ਵੀ ਸੁਧਾਰ ਨਹੀਂ ਕਰਨਗੇ, ਉਹ ਦੋਵੇਂ ਡਰਾਮਾ ਕਲਾਕਾਰ ਹਨ ਅਤੇ ਸਿੱਖਾਂ ਅਤੇ ਪੰਜਾਬ ਨੂੰ ਤਬਾਹ ਕਰਨ ਲਈ ਪਾੜੇ ਪਾ ਰਹੇ ਹਨ। ਪੰਜਾਬ ਵਿੱਚ ਕਿੰਨੇ ਮੁੰਡੇ ਕੁੜੀਆਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੜ ਰਹੇ ਹਨ। ਗੁਰਪਤਵੰਤ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਉਹਨਾਂ ਨੇ ਪੰਜਾਬ ਦੇ ਜੇਲ੍ਹ ਵਿੱਚ ਬੰਦ ਮੁੰਡਿਆਂ ਦੀ ਮਦਦ ਲਈ ਕਿੰਨੇ ਵਕੀਲ ਕੀਤੇ ਹਨ। ਗੁਰਪਤਵੰਤ ਪੰਨੂ ਨੂੰ ਆਪਣੀ ਸ਼ੇਵਿੰਗ ਦੇ ਲਈ ਵਰਤੇ ਗਏ ਬਲੇਡਾਂ ਦਾ ਬ੍ਰਾਂਡ ਵੀ ਦੱਸਣਾ ਚਾਹੀਦਾ। ਪੰਨੂ ਨੂੰ ਤੰਬਾਕੂ ਉਤਪਾਦਾਂ ਦਾ ਨਾਂ ਦੱਸਣਾ ਚਾਹੀਦਾ ਜਿਹੜੇ ਉਹ ਵਰਤੋਂ ਵਿੱਚ ਲਿਆਉਂਦਾ। ਪੰਨੂ ਨੂੰ ਆਪਣੇ ਵੱਲੋਂ ਪੀਤੀ ਜਾਣ ਵਾਲੀ ਬੀਅਰ ਵੀ ਦੱਸਣੀ ਚਾਹੀਦੀ ਹੈ। ਪੰਨੂ ਨੂੰ ਦੱਸਣਾ ਚਾਹੀਦਾ ਕਿ ਦਿੱਲੀ ਤੋਂ ਸੁਧੀਰ ਅਰੋੜਾ ਕੌਣ ਹੈ ਜੋ ਉਸਦੇ ਕਾਨੂੰਨੀ ਦਫ਼ਤਰ ਦਾ ਪ੍ਰਬੰਧ ਕਰਦਾ। ਗੁਰਪਤਵੰਤ ਨੂੰ ਇਹ ਦੱਸਣਾ ਚਾਹੀਦਾ ਕਿ ਉਹ ਕਰਤਾਰਪੁਰ ਸਾਹਿਬ ਗਲਿਆਰੇ ਦੀ ਸ਼ੁਰੂਆਤ ਕਿਉਂ ਕਰ ਰਿਹਾ। ਮਨਜਿੰਦਰ ਸਿਰਸਾ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਸੁਖਬੀਰ ਬਾਦਲ ਵੱਲੋਂ ਮਨਜੀਤ ਸਿੰਘ GK ਤੇ ਅੱਖ ਰੱਖਣ ਲਈ ਉਹ ਸੁਖਬੀਰ ਦਾ ਲੈਪਟੌਪ ਹੈ, ਸ਼ਾਇਦ ਉਹ ਭਾਜਪਾ ਨੂੰ ਚੋਣ ਫੰਡ ਵੀ ਦਿੰਦਾ ਅਤੇ ਸੁਖਬੀਰ ਦੀ ਤਰਫੋਂ ਸ਼ਰਾਬ ਦੇ ਠੇਕਿਆਂ ਦਾ ਪ੍ਰਬੰਧ ਵੀ ਕਰਦਾ। ਉਹ ਸੁਖਬੀਰ ਬਾਦਲ ਦੇ ਪਿੱਛੇ ਲੱਗ ਕੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਨੂੰ ਤਬਾਹ ਕਰਨਾ ਚਾਹੁੰਦਾ। ਪੱਤਰ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਪਾਸੇ ਤਾਂ ਮਨਜਿੰਦਰ ਸਿਰਸਾ ਆਪਣੇ ਆਪ ਨੂੰ ਸਿੱਖਾਂ ਦੇ ਹਮਾਇਤੀ ਅਖਵਾਉਂਦੇ ਹਨ ਪਰ ਦੂਜੇ ਪਾਸੇ ਉਹ ਸ਼ਰਾਬ ਦੀਆਂ ਦੁਕਾਨਾਂ ਚਲਾਉਂਦੇ ਹਨ ਜਿਸ ਦੇ ਲਈ ਉਹ ਭਾਜਪਾ ਨੂੰ ਫੰਡਿੰਗ ਵੀ ਕਰਦੇ ਹਨ। ਭਾਵ ਕਿ ਚਾਹੇ ਮਨਜਿੰਦਰ ਸਿਰਸਾ ਹੋਣ ਜਾਂ ਪੰਨੂ, ਦੋਵੇਂ ਡਰਾਮੇਬਾਜ਼ ਹਨ। ਬਿਊਰੋ ਰਿਪੋਰਟ, ਸਪੋਕਸਮੈਨ TV। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਸਿਡਨੀ ਦੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ? ਉਹ ਕਾਲੇ ਤੇ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 73-74-75 Sector 17D ਚੰਡੀਗੜ੍ਹ ਕੰਟੈਕਟ 0181-5044-999